अमृतसर से आ रहे हैं। मेरे गुरु का घर है, इन्ना फेमस है, इतों की ब्लैसिंग्स कदे भी जाया नहीं जाती। इतने ब्लैसिंग लेने ले असं आते रहे हैं। मेरी बेटी मेरी धी ना जब 4-5 साल की सी, मैं लैके आई थी 3-4 साल, तो उन्हें मैं हमेशा कहनी है मम्मी गोल्डन टैंपल कद जाना है, गोल्डन टैंपल कद लैके जा रही हूँ। तो मेरे वाहेगुरु की कृपा न असी सारे इन्ने अच्छे दिन अच गुरपुरब के दिन पहुँचे हैं। तो मैं यकीन है कि गुरु साहब की ब्लैसिंग सानू मिलनी है। पहली फिल्म की सी सरपंच तद वीरेंद्र जी सानू दर्शन कराने लिए लैके आए सी 80, तो हूँ तक जब भी आने असी गोल्डन टैंपल मत्था टेक के जाने, जब भी मतलब शूटिंग नहीं आई है इस पवित्र धरती पर अरदास करती हाँ कि वाहगुरु करे मेरी ये फिल्म तुहानू सारयां नू बहुत सोहनी लगे, इस फिल्म नू कामयाब करो। देखो फिल्म इंडस्ट्री की कॉन्ट्रीब्यूशन बहुत लंबी रही है, 75 ईयर्स हो गए पंजाबी सिनेमा नू। ते दरख्त किन्ना ने लाया सी उतो होर कंट्रीब्यूट किया अगे और अगे, ये तो चलता रहेगा सिलसिला, लोग आते रहेंगे ज्वाइन करते रहेंगे, है ना। तो असी भी अपना मतलब काम कर चुके सी, आपा जोड़े साढ़े वालों होया 20 साल असी कंट्रीब्यूट किया, हूँ अगे सारे कर रहे हैं, जोड़े कर रहे हैं उन्हों की कामयाबी भी बहुत सोहनी है। और मैं समझती हाँ कि जब किसी को कोई नवा टैलेंट मिलता है वो जरूर एक्सेप्ट हुंदा है। ते मैं समझती हाँ कि मैं एक नया हीरो पंजाबी फिल्म इंडस्ट्री में दे रही हूँ, जरूर कामयाब होगा। हाँ इज अ पॉपुलर सिंगर के पहली बार मैनू लगता है इस परफॉर्मेंस वेखन नू यंगस्टर जरूर पहुँचनगे, है ना। बाकी गुगू जी ने देखा तुम भी सारे पहुँचो। ਤੁਹਾਨੂੰ ਕੀ ਲੱਗਦਾ ਪੰਜਾਬੀ ਇੰਡਸਟਰੀ ਦੇ ਵਿੱਚ ਗਿੱਪੀ ਗਰੇਵਾਲ ਹੋ ਗਿਆ, ਐਮ ਬੀ ਵਿਜੇ ਇਹਨਾਂ ਸਾਰਾ ਦਾ ਕਬਜ਼ਾ ਹੋ ਗਿਆ ਜੀ? ਦੇਖੋ ਆਪਾਂ ਨਹੀਂ ਕਹਿੰਦੇ ਕੱਲ੍ਹ ਕੋ ਜਾ ਕੇ ਅਖਿਲ ਦਾ ਵੀ ਹੋ ਜੂਗਾ ਕਬਜ਼ਾ, ਪਿਕਚਰ ਚੱਲਦੀਆਂ ਅਤੇ ਉਹ ਬੰਦਾ ਹਮੇਸ਼ਾ ਰਨ 'ਚ ਹੁੰਦਾ, ਫਿਰ ਉਹਦਾ ਬਣ ਜਾਂਦਾ, ਉਹ ਆਪ ਫਿਲਮ ਬਣਾਉਂਦਾ ਹੈ, ਆਪ ਡਿਸਟ੍ਰੀਬਿਊਟ ਕਰਦਾ ਹੈ, ਉਹਦਾ ਇੱਕ ਇੱਕ ਟਾਈਮ 'ਚ ਜਦ ਤੁਸੀਂ ਕੰਟੀਨਿਊਸ ਰਹੋ ਨਾ ਤਾਂ ਫਿਰ ਤੁਹਾਡਾ ਜਮ ਜਾਂਦਾ ਹੈ ਨਾ। ਮੈਮ ਹਿਲੇਰੀਅਸ ਫਿਲਮਾਂ ਜਿਹੜੀਆਂ ਬਣਨੀਆਂ ਸ਼ੁਰੂ ਹੋਈਆਂ, ਹਾਂਜੀ ਇੱਕ ਟ੍ਰੈਂਡ ਸੈੱਟ ਹੋ ਗਿਆ ਇੱਕ ਤਰ੍ਹਾਂ ਦਾ, ਹਾਂਜੀ ਹਾਂਜੀ। ਬਾਅਦ ਕਈ ਫਿਲਮਾਂ ਉਸ ਤੋਂ ਬਾਅਦ ਫਲੋਪ ਹੁੰਦੀਆਂ ਨੇ, ਅਪਲੋਪ ਹੁੰਦੀਆਂ ਨੇ, ਪਰ ਉਹ ਚੀਜ਼ ਨਹੀਂ ਬਣ ਪਾਈ। ਤੁਹਾਨੂੰ ਲੱਗਦਾ ਨਹੀਂ ਕਿ ਟਾਈਪ पंजाबी इंडस्ट्री थोड़ी हैगी कि इतने ना जिमें मैं पहला एक फिल्म बनाना चाह रही सी, वो फिल्म मैनू लोगों ने रोकता कि नहीं इतने तो कॉमेडी चलती आ, तुसी हाजर जिमें तुसी हाई वोल्टेज ड्रामा एक्शन बनाते सी वो नहीं चलूगा। तो मैं वो तद नहीं बनाई, मैं ये तेरी मेरी गल बन गई, कॉलेज स्टूडेंट्स लव रोमांस और यंग मतलब ये सब्जेक्ट बनाया कॉमेडी। मेरी नेक्स्ट फिल्म जिहड़ी जा रही है वही है जिहड़ा मैं पहला बनाना चाहती सी, कश्मीर ते है एंड इट इज एक्शन लव स्टोरी इन एक्शन बैकग्राउंड। ਮੇਰੇ ਡਾਇਲੋਗ ਹੈ ਇਸ ਫਿਲਮ ਦੇ ਇਸ ਤਰ੍ਹਾਂ ਦੇ ਹੈ ਨਹੀਂ ਜਿਹੜੇ ਆਪਾਂ ਸੁਣਾ ਸਕੀਏ। ਉਹ ਫਿਲਮ ਦੇ ਵਿੱਚ ਸੀਨਸ ਦੇ ਵਿੱਚ ਜਿਸ ਤਰ੍ਹਾਂ ਦੀ ਡਿਮਾਂਡ ਹੈ ਉਸ ਤਰ੍ਹਾਂ ਦਾ ਹੀ ਕੰਮ ਹੈ। ਕੋਈ ਪੁਰਾਣਾ ਹੀ ਸੁਣਾ ਰਿਹਾ, ਪੁਰਾਣਾ ਸੁਣਾ ਦਿਓ, ਪੁਰਾਣਾ ਹੀ ਸੁਣਾ ਦਿਓ ਜੋਰਦਾਰ। ਗੱਲਾਂ ਨਾਲ ਮੈਦਾਨ ਤੇ ਤੱਕੇ ਦਿੰਦੇ ਆ ਪਹਾੜ ਦੀ ਟੈਂਡੇ ਸ਼ੇਰੂ, ਹਥਿਆਰਾਂ ਦੀ ਲੋੜ ਪਈ ਤੇ ਉਹ ਵੀ ਹੱਥ ਆ ਜਾਂਦੇ। ਗੱਲ ਤਾਂ ਜਿਹਨੂੰ ਫਿਲਮ ਦੇਖ ਕੇ ਪਤਾ ਲੱਗ ਰਹੀ ਹੈ, ਗੱਲ ਸਾਡੀ ਤਾਂ ਬਣੀ ਹੋਈ ਹੈ ਪਰ ਵਿੱਚ ਹੋਰ ਬਹੁਤ ਸਾਰੀਆਂ ਗੱਲਾਂ ਬਣਦੀਆਂ। ਉਹਨੂੰ ਸਰਪ੍ਰਾਈਜ਼ ਹੈ ਭਾਜੀ ਦੀ ਬਣਦੀ, ਕਿਹਦੀ ਬਣਦੀ ਕਿਹਦੀ ਨਹੀਂ ਬਣਦੀ, ਸਾਡੀ ਤਾਂ ਆਲਰੇਡੀ ਬਣੀ ਹੁੰਦੀ ਹੈ, ਸਾਡੀ ਐਂਡ 'ਚ ਬਣਦੀ। ਮੇਰੀ ਇਹ ਪਹਿਲੀ ਫਿਲਮ ਹੈ, ਮੈਂ ਅੰਮ੍ਰਿਤਸਰ ਵੀ ਬੜੇ ਟਾਈਮ ਬਾਅਦ ਆਇਆ। ਮੈਂ ਇਹੀ ਸਾਰਿਆਂ ਨੂੰ ਰਿਕੁਐਸਟ ਕਰੂੰਗਾ ਕਿ 9 ਸਤੰਬਰ ਨੂੰ ਤੁਸੀਂ ਆਪਣੇ ਪਰਿਵਾਰ ਨਾਲ ਜ਼ਰੂਰ ਜਾਇਓ, ਕਿਉਂਕਿ ਇਹ ਫੈਮਿਲੀ ਫਿਲਮ ਹੈ, ਬੜੀ ਕੰਫਰਟੇਬਲ ਫਿਲਮ ਹੈ, ਤੁਹਾਨੂੰ ਬੈਠ ਕੇ ਇੱਦਾਂ ਨਹੀਂ ਲੱਗੂ ਤੁਹਾਨੂੰ ਕੁਛ ਔਕਵਰਡ ਨਹੀਂ ਫੀਲ ਕਰੋਗੇ। ਬਹੁਤ ਸੋਹਣੀ ਫਿਲਮ ਬਣੀ, ਅਸੀਂ ਬਹੁਤ ਮਿਹਨਤ ਕੀਤੀ, ਕਰੋਨਾ ਵਿੱਚ ਆ ਗਿਆ ਅਸੀਂ, ਬਹੁਤ ਦੀ ਵੇਟ ਕੀਤੀ, ਬੜੀ ਪੇਸ਼ੈਂਸ ਲੱਗੀ ਇਸ ਫਿਲਮ ਨੂੰ ਬਣਾਉਣ ਵਿੱਚ। ਇਹਦਾ ਜੀ ਅੰਬਾਲੇ ਹੋਇਆ, ਹਾਂਜੀ ਅੰਬਾਲੇ ਸ਼ੂਟ ਕੀਤੀ ਹੈ, ਮੇਰੀ ਨਵੀਂ ਜਰਨੀ ਸ਼ੁਰੂ ਹੋ ਸਕਦੀ ਇਸ ਫਿਲਮ ਤੋਂ, ਕਿਉਂਕਿ ਜਰਨੀ ਬਹੁਤ ਸਪੈਸ਼ਲ ਹੈ। ਇੱਕ ਛੋਟਾ ਟਵਿਸਟ ਆਇਆ ਸੀ ਕਿ ਬਿਲਕੁਲ ਸਰ ਆਓ ਦੱਸੋ ਕੀ ਦੇ ਉਹ ਸੀ। ਤੁਸੀਂ ਟ੍ਰੇਲਰ ਵੇਖਿਆ ਹੋਣਾ, ਟ੍ਰੇਲਰ ਵਿੱਚ ਰੁਬੀਨਾ ਦੇ ਭੂਆ ਜੀ ਭਾਜੀ ਨੂੰ ਟ੍ਰਬਲ ਕਰਨ ਦੀ ਕੋਸ਼ਿਸ਼ ਕਰਦੇ, ਫਿਰ ਅਸੀਂ ਸੋਚੀਦਾ ਕਿ ਨਹੀਂ ਆਪਣਾ ਵਿਆਹ ਬਾਅਦ 'ਚ ਕਰਾਵਾਂਗੇ, ਪਹਿਲਾਂ ਇੱਧਰ ਵਿਆਹ ਕਰਦੇ, ਫਿਰ ਅਸੀਂ ਉਹ ਕੁੜੀ ਲੱਭਦੇ ਹਾਂ।
ਤੇ ਵਿਆਹ ਕਰਾਉਣਾ ਨਹੀਂ ਚਾਹੁੰਦੇ ਪਰ ਅਸੀਂ ਫਿਰ ਐਂਡ 'ਚ ਜਾ ਕੇ ਕੰਮ ਹੁਣ ਹੋਇਆ ਨਹੀਂ ਹੋਇਆ ਤੁਸੀਂ ਫਿਲਮ ਦੇਖਣ ਮੈਂ ਦੱਸਣ ਲੱਗਾ ਜੀ ਮੈਂ ਕੱਲ੍ਹ ਕੋਈ ਕਰਾ ਲਿਆ ਨਹੀਂ 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 ਮੈਂ ਉਹੀ ਤਾਂ ਕਿਹਾ ਹੋਇਆ ਜਾਂ ਨਹੀਂ ਹੋਇਆ ਆਪੋਜੀਸ਼ਨ ਤੋਂ ਆਣੀ ਹੈ ਨਾ ਉਹ ਨਹੀਂ ਹੋ ਸਕਦਾ ਕਰ ਰਿਹਾ ਸੀ मैम ने मेनू बहुत प्यार दिता मैम ने अपने पुत्रां नू ट्रीट कीता सो ਸਾਡੀ ਬਹੁਤ ਮਿਹਨਤ ਹੈ ਇਸ ਫਿਲਮ 'ਚ ਅੰਮ੍ਰਿਤਸਰ ਨੂੰ ਸਾਰੇ ਨੂੰ ਇਹੀ ਰਿਕੁਐਸਟ ਹੈ ਕਿ ਤੁਸੀਂ ਜ਼ਰੂਰ ਵੇਖ ਕੇ ਆਇਓ ਨੌਸ ਤੋਂ ਸਵਾਲ ਆ ਰਿਹਾ ਜੀ ਮੈਨੂੰ ਤਾਂ ਬਹੁਤ ਵਧੀਆ ਲੱਗਿਆ ਮੈਂ ਤਾਂ ਜਿੱਦਾਂ ਦੇ ਗਾਣੇ ਗਾਉਂਦਾ ਪਿਆ ਸੀ ਬਸ ਉੱਦਾਂ ਦੀ ਫਿਲਮ ਮਿਲ ਗਈ ਮੈਨੂੰ ਉਹੀ ਮਾਹੌਲ ਮਿਲ ਗਿਆ ਬਸ ਇਹਦੇ 'ਚ ਮੈਂ ਗੱਲਾਂ ਵੀ ਕੀਤੀਆਂ ਇਮੋਸ਼ਨ ਵੀ ਜਤਾਏ ਮੇਰੇ ਲਈ ਮੈਨੂੰ ਬਹੁਤ ਚੰਗਾ ਲੱਗਿਆ ਫਿਲਮ ਦਾ हाय महका बंदे ने बाग सुहाने दी जिलो मंगदे ने मेरी हालत दा कोई हाल पूछे ता ओनू की जवाब दे आ जेडे आप गुलाब वरगे ने ओना नू खिजदा गया ਮੇਰੀ ਗੱਲਬਾਤ ਬਹੁਤ ਹੀ ਪਿਆਰੀ ਫਿਲਮ ਆ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ੀ ਸਮਝਿਆ ਕਿ ਮੈਨੂੰ ਮੌਕਾ ਮਿਲਿਆ ਆਪਣੀ ਫਿਲਮ ਬਣਾਉਣ ਦਾ ਅਰਾਮ ਕਰਨ ਐਂਡ ਗੁਰੂ ਗਿੱਲ ਸਰ ਦੀ ਰੋਲ ਮੇਰਾ ਬਹੁਤ ਹੀ ਪਿਆਰਾ ਇਟਸ ਅ ਫਾਦਰ ਡਾਟਰ ਇਟਸ ਅ ਇੰਪੋਰ